ਵੈਦ ਬਲਕਾਰ ਸਿੰਘ ਜੀ ਜੋ ਕਿ ਚਿੱਟਾ ਤੇਲ ਬਣਾਉਂਦੇ ਹਨ ਜਿਸ ਨਾਲ ਗੋਡਿਆਂ ਅਤੇ ਜੋੜਾਂ ਵਿੱਚ ਗਰੀਸ ਬਣਦਾ ਹੈ ਇਸ ਤੇਲ ਦੇ ਨਾਲ ਗਠੀਆ ਸਰਵਾਈਕਲ ਅਤੇ ਪਿੱਡ ਦਾ ਦਰਦ ਠੀਕ ਹੋ ਜਾਂਦਾ ਹੈ। ਮੇਰਾ ਨਾਮ ਬਲਕਾਰ ਸਿੰਘ, ਜ਼ਿਲ੍ਹਾ ਲੁਧਿਆਣਾ, ਸ਼ਹਿਰ ਜਗਰਾਓਂ ਵਿੱਚ ਪਿੰਡ ਪੈਂਦਾ ਕੋਠੇ ਬੱਗੂ। ਇੱਕ ਸੇਵਾ ਭਾਵਨਾ ਦੇ ਨਾਲ ਇੱਕ ਕੰਮ ਕਰ ਰਿਹਾ। ਗੋਡਿਆਂ ਦੀ ਤਕਲੀਫ ਪੰਜਾਬ ਵਿੱਚ ਬਹੁਤ ਜ਼ਿਆਦਾ ਹੈ। ਇੱਕ ਇਲਾਜ ਲੱਭਿਆ ਹੈ, ਤੇਲ ਵਰਤਿਕ ਤਿਆਰ ਕੀਤਾ ਹੈ ਬਿਲਕੁਲ ਆਯੁਰਵੈਦਿਕ ਬਿਜਰੀ ਦੇ ਨਾਲ। ਇੱਕ ਉਂਗਲੀ ਦੇ ਨਾਲ ਹੀ ਗੋਡੇ ਤੇ ਲਗਾਉਣਾ ਹੈ। ਲਗਾਉਂਦਿਆਂ ਸਾਰ ਹੀ ਤੇਲ ਜੋੜ ਦੇ ਵਿੱਚ ਰਚ ਜਾਂਦਾ ਹੈ।